ਗਾਈ ਸਾਰਿਆਂ ਨੂੰ, ਮੈਂ ਪ੍ਰਦੀਪ, ਤੁਸੀਂ ਦੇਖ ਰਹੇ ਹੋ ਪ੍ਰਦੀਪ ਵਲੌਗਸ। ਅਤੇ ਅੱਜ ਹੀ ਚੱਲੇ ਹਾਂ ਖੰਨੇ, ਅਤੇ ਖੰਨੇ ਕੋਈ ਪਰਸਨਲ ਕੰਮ ਸੀ ਉਹ ਚੱਲੇ ਸੀ, ਨਾਲ ਕਿ ਚੱਲ ਨਾਲੇ ਤੁਹਾਨੂੰ ਵਲੌਗ ਬਣਾ ਲਾਂਗੇ। ਚੱਲਿਆ ਤਾਂ ਇਕੱਲਾ ਸੀਗਾ, ਮੈਂ ਚੱਲ ਬਲੇਕ ਨੂੰ ਵੀ ਪੁੱਛ ਲੈਂਦੇ ਹਾਂ, ਬਲੇਕ ਵੀ ਵਿਹਲਾ ਹੀ ਆ, ਉਹ ਵੀ ਨਾਲ ਜਾ ਰਿਹਾ। ਪਰ ਨਾ ਕੱਲ੍ਹ ਆਪਾਂ ਇੱਕ ਵੀਡੀਓ ਜਿਹੜੀ ਤੁਸੀਂ ਦੇਖਿਆ ਹੋਊ, ਯਾਰ ਆਹ ਕੀ ਮੈਟ, ਇੰਨਾ ਟੇਢਾ ਕਿਉਂ ਹੋ ਜਾਂਦਾ ਅੱਜ ਕੱਲ੍ਹ, ਸਮਝ ਨਹੀਂ ਆਈ ਫਿਰ ਪਤਾ ਨਹੀਂ। ਉਸ ਕਰਕੇ ਆਪਾਂ ਖੁੱਲ੍ਹੀ ਗੱਡੀ 'ਚ ਚਲਾਤੀ ਸੀ, ਤਾਂ ਕਰਕੇ ਦੇਖੋ ਡਸਟ ਪਾਰਟੀਕਲ ਤੋੜੀ ਦੇ ਉਰੇ ਲੱਗੇ ਪਏ ਨੇ। ਹੁਣ ਤਾਂ ਮਾੜਾ ਕੱਪੜਾ ਫੇਰ ਨਾੜਾ ਨਹੀਂ ਤਾਂ ਉੜ ਕੇ ਹੀ ਪਈ ਜਾਣਾ ਨੇ। ਲੈ ਚੜਦਾ ਚੰਗੀ ਤਰ੍ਹਾਂ, ਫੇਰ ਕਰ ਕਿਤੇ ਤੂੰ ਕਰੇ ਵਾਸਤੇ, ਹਜੇ ਨੂੰ ਚੜੇ ਨਹੀਂ ਚੰਗੀ ਤਰ੍ਹਾਂ। ਵੈਸੇ ਮੱਖੀਆਂ ਪਾ ਅੰਦਰ, ਲੈ ਫਿਰ ਨਾ ਮੁਝੇ ਵੀ ਲੈ ਆਉਂਦਾ ਸਾਰਾ ਕੁਛ, ਮੇਕਅਪ ਮੁਕਅਪ ਕਰਿਆ ਉਹਦਾ, ਟੱਚ ਅਪ ਟੁਪ 'ਚ। ਬਸ ਹਰ ਇੱਕ ਵਲੌਗ ਦੇ ਵਿੱਚ ਆਹ ਟਾਕੀ ਸੀਟ ਪਿੱਛੇ ਲੜਾਈ ਹੁੰਦੀ ਹੈ, ਰੌਲੇ ਵਾਲੀ ਸੀਟ ਮੰਨੀ ਜਾਂਦੀ ਹੈ। ਚਲੋ ਜੀ, ਸਾਨੂੰ ਇੱਕ ਬੰਦਾ ਹੋਰ ਵਿਹਲੜ ਮਿਲ ਗਿਆ, ਸਭ ਵੀ ਨਾਲ ਜਾ ਰਿਹਾ ਜੀ। ਮਗਰ ਚੱਲ ਤੂੰ ਬਹਿਣਾ, ਮੈਂ ਉੱਤਰ ਥੱਲੇ ਗੋਦੀ 'ਚ ਬਹਿ ਜਾ ਕਿ ਦੂਜੇ 'ਚ। ਚਲੋ ਜੀ, ਸਵੇਰ ਫਿਰ ਤੋਂ ਉੱਤਰ ਆਏ, ਪਤਾ ਕਿਉਂ? ਕਿਉਂਕਿ ਹੁਣ ਤੈਨੂੰ ਪਛਾੜਨਾ ਪੈਣਾ। ਚੱਲ ਚੱਲ ਲੋੜਦੇ ਪਿਆ ਨਾ ਤੂੰ ਤਾਂ, ਇਹਨੂੰ ਮੈਂ ਚਲਾਉਣ ਦੇ ਰਿਹਾ ਕਿਉਂਕਿ ਮੈਂ ਬਣਾਉਣਾ ਸੀਗਾ ਥੰਬਨੇਲ। ਸੋ ਮੈਂ ਕਿਹਾ ਚੱਲ ਥੋੜ੍ਹਾ ਟਾਈਮ ਤੂੰ ਚਲਾ ਲਾ, ਓਏ ਪਈ ਗਾਹਾਂ ਕਰਨ, ਉਹਨਾਂ ਟਾਈਮ ਮੈਂ ਥੰਬਨੇਲ ਬਣਾ ਲੂੰ, ਜਾਂ ਤਾਂ ਕਿ ਪਹੁੰਚ ਲੂੰ, ਯਾਨੀ ਡਰਾਈਵਰ ਅੱਜ ਹੀ ਬਣ ਗਿਆ ਉਹਨਾਂ ਟਾਈਮ। ਮਿੱਤਰ ਮੈਂ ਪਿੱਛੇ ਪਹਿਲੀ ਵਾਰ ਨਹੀਂ, ਮਤਲਬ ਕਿ ਕਹਿੰਦਾ ਇੱਕ ਦੋ ਵਾਰ ਬਹਿ ਗਿਆ, ਅਤੇ ਬੇਸ ਇੰਨੀ ਜ਼ਿਆਦਾ ਵੱਜਦੀ ਆ ਕੰਨਾਂ 'ਚ, ਮੂਹਰੇ ਤਾਂ ਬੈਠਣ ਦਾ ਪਤਾ ਲੱਗਦਾ ਨਹੀਂ। ਪਿੱਛੇ ਬਹੁਤ ਬੇਸ ਲੱਗਦੀ ਸਰ, ਮੈਂ ਬੇਸ ਬੰਦ ਹੀ ਕਰਤੀ ਹੁਣੇ, ਔਖੇ ਹੋਏ ਪਏ ਨੇ, ਕਹਿੰਦੇ ਬੇਸ ਤਾਂ ਬਣਾਉਣਾ ਰਹਿਣੀ ਆਉਂਦਾ। ਹੁਣ ਦੁਬਾਰਾ ਬੇਸ ਆਉਣ ਕਰਕੇ ਮੇਰਾ ਕੰਮ ਨਿਬੜ ਗਿਆ, ਹੁਣ ਮੈਂ ਮੂਹਰੇ ਆਉਣਾ, ਫਿਰ ਮੈਨੂੰ ਬੇਸ ਵੀ ਸੁਣਨੀ ਪਊ। ਬੇਸ ਘੱਟਦੀ ਵੱਧਦੀ ਯਾਰੀ, ਮੈਂ ਚਲੋ ਘਟਾ ਲੈਣਾ ਵਧਾ ਲੈਣਾ। ਚਲੋ ਜੀ, ਹੁਣ ਆ ਗਿਆ ਮੈਂ ਡਰਾਈਵਿੰਗ 'ਤੇ, ਅਤੇ ਹੁਣ ਔਖਾ ਹੋਇਆ ਪਿਆ ਬੇਸ ਤੋਂ, ਬੇਸ ਬਾਹਲੀ ਵਧਾਈ ਹੋਈ ਆ, ਕਹਿੰਦਾ ਘਟਾ ਕੇ ਸੈੱਟ ਕਰ। ਆ ਗੁੱਡੀ ਕੁਛ ਆਪਣੇ ਬੋਲ ਰਹੀ ਸੀ, ਦੱਸ ਹੁਣ ਬੋਲ ਕੀ ਬੋਲਦੀ ਸੀਗੀ। ਹੈਲੋ, ਕਹਿੰਦਾ ਨਹੀਂ ਕੀ ਨਹੀਂ, 20-30 ਰੁਪਏ ਲੱਖ ਰੁਪਇਆ ਮੰਗਦੀ ਆ ਨਾ, ਉਹਨੇ ਕਿਹਾ ਤੇਰੀ ਗੱਡੀ ਨਹੀਂ ਹੈਗੀ ਪਤਾ ਨਹੀਂ ਕੀ, ਹੁਣ ਬੋਲ। ਚਲੋ ਉਹਨੇ ਦੱਸਤਾ ਸੀ ਕੀ ਕਹਿੰਦੀ ਸੀਗੀ, ਬਲੈਕ ਨੂੰ ਪੁੱਛਿਆ ਵੀ ਜੂਸ ਬਣਾਇਆ, ਕਹਿੰਦਾ ਪੜਾਉਂਗਾ ਰੁਪਈਆ 100 ਜਾ, ਕਹਿੰਦਾ ਲੈ 100 ਦਾ ਜੂਸ ਨਹੀਂ ਆਉਣਾ, ਜਾਊਗਾ ਕਿੱਥੇ, ਆਜੂ ਪਿਆ ਦਾ ਗਲਾਸ ਆ ਘੱਟਾ ਵੀ। ਚਲੋ ਚੱਲ ਪੜਾ ਪੜਾ ਸੱਚਾ ਹੋਵੇ, 100 ਰੁਪਇਆ ਦੇ। ਕੀ ਹੋ ਗਿਆ ਇਹਨੂੰ, ਕਹਿੰਦੀ ਆ ਛੱਡ ਕੇ ਨਹੀਂ, ਸਾਡੀ ਗੱਡੀ ਦਾ ਟੇਕ ਆਣਾ ਸਾਡੀ, ਅਬੇ ਸਾਡੀ ਦਾ ਗੱਡੀ ਵਿੱਚ ਤਾਂ ਫੜਾ ਹੈਗੀ, ਵੀਡੀਓ ਬਣਾਉਂਦੀ ਨਹੀਂ ਹੈਗੀ ਉਹ ਬੋਲੀ ਜਾਂਦੀ। ਮੈਂ ਖੜਾ ਸੀ ਐਂ ਕਰਿਆ, ਕਹਿੰਦੀ ਮੈਨੂੰ ਛੋੜ, ਮੈਨੂੰ ਕਹਿੰਦੀ ਇਹਨੂੰ ਛੋੜ, ਮੈਂ ਉਹ ਪਾਣੀ ਖਾ ਤੋਂ, ਕਹਿੰਦੀ ਇਹ ਛੋੜ ਮੈਂ ਲੋੜ ਤੇ ਫਿਰਦੀ ਹੈ। ਆ ਗਈ ਬਣ ਗਈ ਵੀਡੀਓ। ਆ ਬਾਈ ਹੁਣੇ ਆਪਾਂ ਨੂੰ ਮਿਲਣਾ ਸੀ, ਹੋਰ ਠੀਕ ਠਾਕ ਵੀਰੇ? ਠੀਕ ਆ, ਕਿੱਥੇ ਹੋ ਤੁਸੀਂ, ਇੱਥੇ ਲੋਕਲ ਹੋ? ਹਾਂਜੀ ਲੋਕਲ। ਠੀਕ ਆ ਬਾਈ, ਹੁਣੇ ਉਹ ਜੈਵੀਰ ਨੂੰ ਵੀ ਜਾਣਦੇ, ਜੈਵੀਰ ਬਲੌਗ ਦੇਖ ਰਿਹਾ ਬਾਈ ਤਰਿਆੜੀ ਨੇ। ਚਲੋ ਠੀਕ ਆ ਜੀ, ਬਾਈ ਕਿਹੋ ਬਾਈ ਵੀ ਸੀਗੇ ਨਾਲ, ਹੋਰ ਵੀ ਸੀ। ਚਲੋ ਜੀ, ਬਲੈਕੀਆਂ ਜੂਸ ਕਰਾਏ ਬੰਦੇ, ਚਾਰ ਕਰਾਏ, ਪਰ ਦੋ ਜਣ ਅੱਧਾ ਤਾਂ ਬੀਮਾ ਹੋਏਗਾ ਸਨੈਪਾ ਦੇ ਲੋਣ, ਕੱਲਾ ਕੱਲਾ ਪਊ ਫੜ ਕੇ। ਇੱਕ ਤਾਂ ਇੰਨੇ ਜਣਾਂ ਨੂੰ ਜਾਣਦਾ ਇਹ, ਇੰਨੇ ਜਾਣਿਆਂ ਨੂੰ, ਜਿੰਨੇ ਜਿਵੇਂ ਮੰਨ ਲਓ 100 ਜਣ ਲੰਘ ਜਾਣੇ, ਮੈਂ ਉਹਨੂੰ ਮਿਲੂਗਾ ਜਾ ਕੇ। ਕੇਡੀ ਪਾ ਮੇਰੀ ਆਈਡੀ ਬੋਲ ਦੇ। ਲੋ ਜੀ, ਬਲੈਕੀਆਂ ਦੇ ਚੇਲਾ ਤਾਂ ਉੱਤੇ ਖੰਨੀ ਰੋਗੇ, ਅਤੇ ਜਿਹੜਾ ਕੰਮ ਆਇਆ ਸੀਗਾ ਹਸਪਤਾਲ 'ਚ ਆਇਆ ਸੀਗਾ, ਮਾੜਾ ਜਿਹਾ ਉਹ ਕਰਿਆ ਆਈਏ, ਫਿਰ ਅਸੀਂ ਵੀ ਦੁਬਾਰਾ ਉਹਨਾਂ ਨੂੰ ਰੀਜੁਆਇਨ ਕਰ ਲੈਂਦੇ ਹਾਂ। ਹੋਰ ਕੀ ਦੇਖੋ ਬਾਈ, ਅਲਟੋ ਦੇ ਹਲਾਏ ਵੀਲ ਹਜੇ ਪਹੁੰਚੇ ਸਾਰ ਦੇ, ਕਿੰਨੇ ਇੰਚੀ ਨਾਲ 14-15 ਇੰਚੀ ਹੋਣਗੇ, 14 ਇੰਚੀ ਪਾ ਕੇ ਦੇਖੀ ਆਪਾਂ, ਕਿੰਨੀ ਛੋਟੀ ਲੱਗੂ ਸਾਰਾ। ਕੋਈ ਵੀ GTV ਆਇਆ ਤਾਂ ਬਾਈ ਕੋਲੇ ਆਹ ਖਾ ਕੇ ਜਾਇਓ ਜ਼ਰੂਰ, ਕੀ ਆ ਇਹ ਪਤਾ ਨਹੀਂ, ਅਸੀਂ ਖਾ ਕੇ ਦੇਖਿਆ, ਪਰ ਪਤਾ ਕਿਉਂ ਬੰਦਾ ਵਧੀਆ ਲੱਗਿਆ, ਤੇਰੇ ਕੋਲ 20 ਰੁਪਏ ਸੀਗੇ, ਅਸੀਂ ਕਿਹਾ ਵੀ ਤੂੰ ਐਂ ਕਰ, ਸਾਡੇ ਨਾਲ ਕੋਈ ਛੱਡਣਾ ਨਹੀਂ, ਤੂੰ ਆਪ ਸਾਡੇ ਹੱਥਾਂ 'ਚ ਪਾ ਦੇ ਬਰਾਬਰ ਬਰਾਬਰ, ਇਹ ਤੁਹਾਨੂੰ ਇੱਕ ਫਰੀ ਹੋ ਦੇਣਾ, ਦੇਖ ਲਓ ਦਿਲ ਚਾਹੀਦਾ ਵੀਰੇ ਦਿਲ, ਤੇ ਰੇਡੀ ਹੁੰਦੀ ਤੂੰ ਤਾਂ ਨਾ ਕਿਤੇ ਫਰੀ ਹੁੰਦਾ, ਗੱਡੀ ਦੇਖ ਲੈਣਾ ਲਾ ਦੇ।
ਸਾਈਡ ਤੋਂ ਬਾਹਲੀ ਘੰਟ ਲਾ ਦਿਓ ਸਰ, ਮੂਹਰੋਂ ਪਿੱਛੋਂ ਟਾਇਰ ਪੈ ਗਿਆ ਉਹਦੇ ਲੱਗੀ ਕੀ ਲੱਗਦੀ ਆ ਇਹ ਸਰਾ ਪ੍ਰਦੀਪ ਸਿੰਘ ਦੀ ਹੋਊਗਾ ਲੈ ਹਸਪਤਾਲ ਆ ਉਹ ਇਹਨਾਂ ਨੂੰ ਦੇਖੋ ਐਂ ਦੇਖ ਤਾ ਨਾ ਤੁਸੀਂ ਹਸਪਤਾਲ ਆਏ ਉਰੇ ਖੇਡਦੇ ਫਿਰਦੇ ਨੇ ਕਦੇ ਸ਼ੀਸ਼ੇ 'ਚ ਮੁੱਕੇ ਮਾਰਦੇ ਨੇ ਇਹ ਲੈ ਕੇ ਆਉਣ ਵਾਲੇ ਹੈ ਨਹੀਂ ਉਹ ਹੈ ਨਾ ਲੈ ਕੇ ਨਾ ਪਿਆ ਬਾਕੀ ਜਿਹੜਾ ਹੋਸਪਿਟਲ ਆਇਆ ਕੋਈ ਸੀਰੀਅਸ ਕੰਮ ਨਹੀਂ ਹੈਗਾ ਠੀਕ ਠਾਕ ਵੀ ਇਹ ਕੋਈ ਚੱਕਰ ਪੈ ਜਾਏਗਾ ਅੰਦਰ ਉਹ ਕੋਈ ਟੈਨਸ਼ਨ ਲੈਣ ਵਾਲੀ ਲੋੜ ਨਹੀਂ ਤੇ ਬਸ ਅਸੀਂ ਹਸਪਤਾਲ 'ਚ ਆਏ ਸੀਗੇ ਕਾਗਜ਼ ਪੱਤਰ ਫੜਨ 'ਚ ਬੜਾ ਲੈ ਤੁਸੀਂ ਹੁਣ ਚੱਲੀਏ ਕੀ ਤੇ ਬੈਡ ਲੋ ਲੈਓ ਤੁਸੀਂ ਹਾਂ ਕਿਤੇ ਬੈਡ ਲੋਡ ਇਹ ਬੈਡ ਲੋਡ ਮਤਲਬ ਲੋਡ ਕਹਿੰਦਾ ਬਹੁਤ ਬਹੁਤ ਧੰਨਵਾਦ ਜਿਹਨੂੰ ਗੱਡੀ 'ਚ ਕੀ ਹਿੱਲ ਕਹਿੰਦਾ ਹਿੱਲ ਤਾਂ ਬੜਾ ਦੇ ਉਹ ਕਹਿੰਦਾ ਹਿੱਲ ਤਾਂ ਮੈਂ ਪੀ ਗਿਆ ਕਹਿੰਦਾ ਖਾਲੀ ਉਹਦੇ ਸਨੈਪ ਪਾ ਲਾਂਗੇ ਐਡਾ ਸਨੈਪ ਜੈਟਰ ਤਕੜਾ ਦੇ ਰਹੇ ਤੁਸੀਂ ਕੀ ਖਵਾਉਣਾ ਵੇ ਅੱਜ ਮੈਨੂੰ ਕਹਿੰਦਾ ਪਹਿਲਾਂ ਆਫ ਕੈਮਰਾ ਗੱਲ ਨਹੀਂ ਕੀ ਖਵਾਏਗਾ ਅੱਜ ਤੁਸੀਂ ਕੀ ਖਵਾਓਗੇ ਮੈਨੂੰ ਮੈਂ ਕਹਿੰਦਾ ਖਾ ਲਓ ਕੀ ਖਾਣਾ ਉਲਟੇ ਪੋ ਦੇਗਾ ਤੁਸੀਂ ਕੀ ਖਵਾ ਰਹੇ ਹੋ ਨਹੀਂ ਇਹ ਤਾਂ ਸੌਦਾ ਟੇਸਟੀ ਟੇਸਟੀ ਉਹ ਮਿੱਠਾ ਲਿਆ ਹੋ ਜਾ ਆ ਵੀ ਚੂਸ ਲੈ ਕਾਲਾ ਆ ਮੈਂ ਤਾਂ ਡੰਡਾ ਬੋਤਲ ਮਾਰ ਨਹੀਂ ਛੱਡਦੇ ਖਰਚ ਲੈ ਲੈ ਬਾਈ ਮਾਰ ਓਏ ਇਹ ਬੋਤਲ ਕਿਰੂਗੀ ਉਹ ਲੈ ਬੋਤਲ ਬਈ ਲੋ ਜੀ ਮੈਂ ਬਹੁਤ ਜਿਹਾ ਘਰੇ ਪਰ ਛੱਡੀ ਉਹ ਸਵਿਫਟ ਦੇ ਵਿੱਚ ਦੇਖੋ ਟਾਇਰ ਹੈਗਾ ਪੈਂਚਰ ਹੁਣ ਪਹਿਲਾਂ ਦਾ ਪੈਂਚਰ ਲਾ ਕੇ ਲਾਉਣਾ ਮੈਨੂੰ ਫੋਨ ਤਾਂ ਆ ਚੁੱਕਿਆ ਹੁਣ ਅਸੀਂ ਜਾ ਕੇ ਹਵਾ ਪਹਿਲਾਂ ਹਵਾ ਭਰਨੇ ਪਊ ਯਾਰ ਫਿਰ ਪੈਂਚਰ ਲਾਉਣਾ ਕਿਹੜੇ ਟਾਇਰ 'ਚ ਪੈਂਚਰ ਆ ਇਹਦਾ ਨਹੀਂ ਟਾਇਰ ਚਿਪਕਿਆ ਪਿਆ ਦੇਖੋ ਦੇਖ ਆ ਦੇ ਥੁੱਕ ਲੱਗ ਰਹੀ ਆ ਦੇ ਜਾ ਹਵਾ ਮੈਨੂੰ ਹੱਥ ਨੂੰ ਫੀਲ ਹੋ ਰਿਹਾ ਥੁੱਕ ਜ਼ਰੂਰ ਲਾਉਣਾ ਬੜਾ ਵੱਡਾ ਪੈਂਚਰ ਆ ਕਾਫੀ ਵੱਡਾ ਪੈਂਚਰ ਆ ਓਹੋ ਘੰਟਾ ਪੰਪ ਮਾਰੋਗੇ ਫਾਇਦਾ ਨਹੀਂ ਆ ਪਰ ਬੜਾ ਦੇਖੀ ਭਾਂ ਜਮੀ ਫਲੈਟ ਹੋ ਗਿਆ ਟਾਇਰ ਹੋਏ ਮਗਰ ਉਹ ਠੀਕ ਆ ਕਈ ਵਾਰ ਹਿੱਲੀ ਜਾਂਦੀ ਲੜਾਈ ਹੋਈ ਹੋਈ ਆ ਟਰੱਕ ਵਰਸਸ ਟਰੱਕ ਉਧਰ ਵੀ ਟਰੱਕ ਖੜਾ ਦੇਖਦੇ ਉਹਨੂੰ ਪਿੱਛੇ ਟਰੱਕ ਦਾ ਪਿੱਛਾ ਇੱਕ ਆਹ ਟਰੱਕ ਦੋਨੋਂ ਫਸ ਗਏ ਉਹ ਕਹਿੰਦਾ ਮੈਂ ਨੀ ਬੈਕ ਕਰਦਾ ਕਹਿੰਦਾ ਮੈਂ ਨੀ ਬੈਕ ਕਰਦਾ ਆਪਾਂ ਨੂੰ ਕਰਨਾ ਉਹ ਫਿਰ ਜਿਹਨੇ ਵੀ ਕੀਤਾ ਦੇਖਦਾ ਮਗਰ ਵੀ ਟਰੱਕ ਆ ਗਿਆ ਮੈਂ ਟਾਕੀ ਖੋਲਤੀ ਮੂਹਰੇ ਮਗਰ ਮੋਟਰਸਾਈਕਲ ਆ ਜਿਹੜੇ ਚੀਕਾਂ ਕਢਾਤੀ ਵਧੀਆ ਤੇ ਉਰੇ ਹੁਣ ਆਹ ਟਰੱਕ ਫਸੇ ਹੋਏ ਨੇ ਦੇਖੀ ਦਾ ਕਿਹੜਾ ਕਿਹਦੇ ਕੰਮ ਅੜਿਆ ਹੋਇਆ ਉਹ ਵਿੱਚ ਲੱਗਾ ਹੋਇਆ ਸੀ ਉੱਥੋਂ ਕੱਢਿਆ ਹੁਣ ਬੈਗ ਚੱਲ ਬੈਗ ਦਾ ਕੀਤਾ ਹੁਣ ਫਿਰ ਉੱਤੀ ਨਾ ਪਲਟ ਜਾਵੇ ਇਹ ਚਾਚਾ ਹੂ ਨਿਕਲ ਗਿਆ ਇੱਕ ਐਂ ਡਰ ਆ ਮੇਰੇ ਉੱਤੀ ਨਾ ਪਲਟ ਜਾਵੇ ਇੱਕ ਮੈਨੂੰ ਐਂ ਡਰ ਲੱਗ ਗਿਆ ਮੇਰੇ ਉੱਤੇ ਨੂੰ ਨਾ ਪਲਟ ਜਾਵੇ ਪਰ ਮੈਂ ਕੱਚੇ 'ਚ ਉੱਤਰ ਗਿਆ ਹਾਰਨੇ ਨਾ ਮੈਂ ਐਡਾ ਬੜਾ ਹਾਰਨ ਮਾਰਿਆ ਫਿਰ ਪਰਾਂ ਹੋਇਆ ਕੀ ਕਰਦੇ ਸੀਗੇ ਪਤਾ ਨਹੀਂ ਇੱਥੇ ਮੂੰਹ ਬੁੱਲ ਲਾ ਹੀ ਖੜਾ ਸੀ ਆਪਦੇ ਮੂਹਰ ਲਾ ਉਹ ਗੱਲਾਂ ਬਾਤਾਂ ਕਰਦੇ ਹਾਂ ਸਾਲੇ ਜੋੜੇ ਬੁੱਲਾ ਗੱਲਾਂ ਦਾ ਨਹੀਂ ਲੜਦੇ ਹੋਣਗੇ ਉਹਦਾ ਵੀ ਤੂੰ ਕਰ ਤੂੰ ਕਰ ਨਹੀਂ ਜੇ ਕਰ ਨਹੀਂ ਫਿਰ ਤਾਂ ਨਿਕਲ ਜਾ ਗਿਆ ਰਾਮ ਨਾਲ ਹੀ ਗੱਲ ਬਣੀ ਉਹਨੇ ਬੈਕ ਕੀਤਾ ਪਹਿਲਾਂ ਉਹਨੂੰ ਕਹਿੰਦਾ ਨਾ ਤੂੰ ਕਰ ਮੈਂ ਗਿਰ ਪਛੀ ਆ ਗਿਆ ਉਹ ਕੰਮ ਵੀ ਮੈਂ ਬੈਕ ਮੈਂ ਨਹੀਂ ਪਾਉਂਦਾ ਪੈਂਦਾ ਨਹੀਂ ਮਾਮਾ ਮੈਂ ਬੜਾ ਹਾਰਨ ਮਾਰਿਆ ਉਹ ਡਰ ਗਿਆ ਪਿੱਛੇ ਬੰਦੇ ਬੰਦ ਹੋ ਗਿਆ ਚਲੋ ਜੀ ਹਸਪਤਾਲ ਜਿਹੜਾ ਕੰਮ ਸੀ ਅਸੀਂ ਕਰਿਆ ਹੁੰਦਾ ਹੁਣ ਦੁਬਾਰੇ ਬਹਿ ਰਹੇ ਆ ਤੇ ਖੰਨੇ ਜ਼ਿਆਦਾ ਤੇ ਓਵਰਲੋਡ ਹੀ ਫਿਰਦਾ ਕੀ ਰਵਨੀਤ ਆਹੋ ਠੀਕ ਹੈ ਜਾਂਦੇ ਹੁਣ ਪੈ ਜਾਓ ਮੈਂ ਬਹਿਣਾ ਰਵਨੀਤ ਵੀ ਉਹਨੇ ਵੀ ਆਉਣਾ ਉਹ ਵੀ ਪਊਗਾ ਲੋਡ ਹਲੇ ਮੈਂ ਬਹਿਣਾ ਕਹੂ ਦੇਖੀ
ਆ ਦੇਖੋ ਕਿ ਮੈਂ ਕਿਆ ਫਰਦਾ ਗਰਮੀ ਚ ਚੇਲੇ ਨੂੰ ਉਤਾਰ ਦੇ ਭੈਣ ਤੋਂ ਫੜੀ ਆਉਂ ਏ ਆਇਆ ਕੜਾ ਵੀ ਪਾਈ ਫਰਦਾ ਜਿਹਾ ਵੀ ਆਲਾ ਦੇ ਗੱਡੀ ਚ ਨਾ ਭਜੇ ਬਸ ਜੋ ਮਰਜ਼ੀ ਕਰ ਦੇ ਓਏ ਮੜੇ ਪਰੇ ਹੋ ਜੇ ਬੱਚਿਆ ਦੇ ਸੇਰੀ ਕਰੋ ਟ੍ਰੈਫਿਕ ਬਹੁਤ ਆਦੀ ਓਰੇ ਬਸ 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 ਤੂੰ ਤੂੰ ਹੈ ਬਸ 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 ਆ ਬਲੌਗ ਚ ਨਾ ਪਾਈਏ ਇਹ ਕੁਝ ਆਉਂਗਾ ਪੂਰੇ ਗੱਡੀ ਆ ਗਈ ਦੰਦੀ ਵੱਡੀ ਚੱਲ 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 ਦੰਦੀ ਵੱਡੀ ਤੂੰ ਭੈਣ ਇੰਨੀ ਨਾ ਸਾਲਾ ਫੋਨ ਕੱਟੀ ਜਾਂਦਾ ਐਡਵੈਂਚਰ ਵਾਲੇ ਬੰਦੇ ਵੀ ਆ ਦੇਖੋ ਸਟੈਪ ਨੀ ਉੱਪਰ ਆਇਆ ਫਿਰ ਪਿੱਛੇ ਕੀ ਹੋਵੇ ਆ ਦੇਖੋ ਨਾਲ ਫਿਊਲ ਵਾਲੇ ਉਹ ਵੀ ਨੇ ਜੇ ਤੇਲ ਘੱਟ ਜਾਵੇ ਤੇਲ ਵਾਲੀਆਂ ਟੈਂਕੀਆਂ ਵੀ ਨਾ ਰੱਖੀਆਂ ਹੋਈਆਂ ਉੱਪਰ ਉਹ ਵੀ ਲਾਇਆ ਵੀ ਟੈਂਟ ਟੁੱਟ ਲਾਉਣਾ ਪੈ ਸਕਦਾ ਇਹ ਬਣਾਈ ਹੋਈ ਆ ਪੂਰੀ ਤਕੜੀ ਐਡਵੈਂਚਰ ਵਾਲੀ ਆ ਜੀ ਅੱਜ ਲਾਲ ਥਾਰ ਸਟਿੱਪ ਪਿੱਛੇ ਵੀ ਸਟਿੱਪਣੀ ਹੈਗੀ ਦੋ ਦੋ ਸਟਿੱਪਣੇ ਰੱਖੀ ਹੋਈਆਂ ਨੇ ਬੜੇ ਨੇ ਬਾਈ ਤੇ ਜਗਾੜ ਲਾਈ ਮੈਂ ਹਲੇ ਵੀ ਇੱਕ ਬਾਈ ਆਪਾਂ ਨੂੰ ਮਿਲਣਾ ਕੀ ਹਾਲ ਆ ਵੀਰੇ ਬੜੀਆ ਜੀ ਠੀਕ ਠਾਕ ਬਾਈ ਕਹਿੰਦਾ ਆਪਾਂ ਸਾਰੇ ਬਹੁਤ ਕੱਲ ਵੀ ਮਿਲਿਆ ਸੀ ਕੱਲ ਵੀਡੀਓ ਨਹੀਂ ਬਣਾਈ ਪਰ ਅੱਜ ਫੇਰ ਬਾਈ ਮਿਲ ਗਿਆ ਲੈ ਆਪਣਾ ਚੱਲ ਆਪਣਾ ਵਲੌਗ ਵੀ ਦੇਖਦਾ ਬਾਈ ਤੇਰਾ ਤੂੰ ਕਹਿੰਦਾ ਤੇਰਾ ਵੀ ਚੈਨਲ ਆ ਕੋਈ ਇਹ ਤਾਂ ਚੈਨਲ ਆ ਮਨਪ੍ਰੀਤ ਵਲੌਗ ਜਨ ਖੰਨਾ ਤੋ ਜਾ ਕੇ ਤੁਸੀਂ ਵੀ ਸਬਸਕ੍ਰਾਈਬ ਕਰ ਲਿਓ ਜੇ ਕਿਸੇ ਨੇ ਕਰਨਾ ਹੋਇਆ ਬਾਕੀ ਨੂੰ ਸਪੋਰਟ ਬਾਈ ਨੂੰ ਸਪੋਰਟ ਕਰੋ ਬਸ ਤੋਂ ਬਾਅਦ ਨਾ ਜੀ ਓਕੇ ਜੀ ਬਾਕੀ ਪੱਡੀ ਬਾਈ ਨੂੰ ਵੀ ਸਪੋਰਟ ਕਰੋ ਅੱਲਾ 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 ਥੈਂਕ ਯੂ ਬਾਈ ਠੀਕ ਹੈ ਵੀਰੇ ਹੁਣ ਹੋ ਗਿਆ ਹਨੇਰਾ ਤੇ ਆਹ ਦੇਖੋ ਮੰਗ ਤੇ ਕਿੱਥੋਂ ਆ ਗਏ ਅੱਧੀ ਰਾਤ ਨੂੰ ਦੇਖੋ ਟਾਈਮ ਕੀ ਹੋਇਆ 8 ਵਜੇ ਆਇਆ ਇਹ ਗੱਡੀ ਉਹ ਖੜਾ ਦੀ 8 ਵਜੇ ਮੰਗਣ ਆਇਆ ਹੈ ਕਿ ਚਾਬੀ ਬੰਨਣਾ ਨਹੀਂ ਸਲਾਂਸਰ ਲੈ ਖੋਲ ਇਹ ਕਹਿੰਦਾ ਸਲਾਂਸਰ ਚਾਹੀਦਾ ਇਹਨੇ ਬੁਲਟ ਵੇਚਣਾ ਜਿਹੜਾ ਫਿਰ ਮੈਂ ਫੋਟੋ ਐਡ ਕਰ ਦੂੰਗਾ ਜੇ ਕਿਸੇ ਨੇ ਬੁਲਟ ਲੈਣਾ ਤੈਨੂੰ ਫੋਨ ਕਰ ਲਿਓ ਨੰਬਰ ਦੇ ਮਤਲਬ ਫੋਨ ਇੰਸਟਾਗ੍ਰਾਮ ਆਈ ਡੀ ਦੇ ਦਿੰਦਾ ਉਹਦੇ ਮੈਸੇਜ ਕਰ ਲਿਓ ਇਹਨੂੰ ਜੇ ਕਿਸੇ ਨੇ ਲੈਣਾ ਹੋਇਆ ਕਿਹੜਾ ਬੁਲਟ ਨੌ ਤਾਂ ਦੱਸ ਦੇ ਮਾਡਲ 2016 ਮਾਡਲ ਬਾਕੀ ਦੇਖ ਲਿਓ ਤੁਸੀਂ ਜੇ ਲੈਣਾ ਹੋਇਆ ਠੀਕ ਆ ਬਾਕੀ ਇਹ ਕਹਿੰਦਾ ਹੁਣ ਵੇਚਣਾ ਤਾਂ ਹੈਗਾ ਥੋੜ੍ਹੇ ਟਾਈਮ ਬਸ ਆਹ ਵਾਲਾ ਸਲਾਂਸਰ ਚਲਾ ਕੇ ਦੇਖਣਾ ਇਹਨੇ ਸੋ ਤਾਂ ਕਰਕੇ ਬੁਲਟ ਫਿਰ ਇਹ ਉਹਦੇ 'ਤੇ ਲਾਉਣਾ ਇਹਨੇ ਆਵਾਜ਼ ਸੁਣਾਵਾਂ ਥੋੜ੍ਹੀ ਖੋਲਣ ਲੱਗਾ ਹੋਇਆ ਦੋ ਨਟ ਤਿੰਨ ਨਟ ਹੋਣਗੇ ਮੈਨੂੰ ਸਭ ਮੈਨੂੰ ਤਾਂ ਸ਼ੋਰਟ ਬਟਨ ਦੇ ਜਾਂਦਾ ਤੂੰ ਮੈਨੂੰ ਦੱਸਿਆ ਗੱਲ ਮੇਰੇ ਕੋਲ ਪਿਆ ਤਾਂ ਜੇ ਵੇਚਣ ਲੱਗ ਗਿਆ ਸਲਾਂਸਰ ਨਾਲ ਦੇ ਤੈਨੂੰ ਇਹ ਦੱਸਦਾ ਮੈਂ ਬੁੱਝੜੀ ਦਾ ਕੀ ਪਤਾ ਹੁੰਦਾ ਸਿੱਧਾ ਹੋ ਗਏ ਨਾ ਟੱਪ ਚ ਫੜਾ ਕੇ ਜਾ ਤਿੰਨ ਮਿੰਟ ਨਾਲੇ ਚ ਪਾਉਣਾ ਚਾਬੀ ਵੀਡੀਓ ਬਣ ਗਈ ਵੀ ਇਹਦੀ ਇਹਨੇ ਲਿਆ ਤਰੀਪਾਂ ਕੱਢ ਕੇ ਜਾ ਇਹਨੂੰ ਹੁਣ ਸਲਾਂਸਰ ਰੱਖਦੇ ਹੋ ਰਹੀ ਕੱਢ ਕੇ ਜਾ ਇਹਨੂੰ ਸਿੱਧਾ ਹੋ ਗਏ ਕੱਢ ਕੱਢ ਕੱਢੇਗਾ ਤੂੰ ਹੀ ਹੁਣ ਕੱਢੇਗਾ ਤੂੰ ਹੀ ਲੈ ਕੇ ਚੱਕੀਆਂ ਕੱਢ ਕੇ ਦਿਖਾ ਤੂੰ ਇਹਨੂੰ ਕੱਢ ਕੇ ਜਾ ਪਹਿਲਾਂ ਉਸ ਲਾ ਕੇ ਲੂ ਕੇ ਲਾ ਗੱਡੀ ਕਿਤੇ ਉਹਨੂੰ ਪਰ ਕੀ ਪਤ ਫਰਕ ਪੈਣਾ ਲੱਗੀ ਹੋਈ ਨਾ ਲੱਗੀ ਹੋਈ ਨੂੰ 50 ਥਾਂ ਤਾਂ ਲੱਗੀ ਹੋਈ ਆ ਇਹ ਓਏ ਨਹੀਂ ਵਲੌਗ ਸ਼ੁਰੂ ਕਰ ਦੇ ਵਲੌਗ ਸ਼ੁਰੂ ਆ ਦੇਖੋ ਇਹ ਕਾਲੀ ਜਵਾਨ ਮੇਰੀ ਉਦਣ ਇਹਨੇ ਡੋਰੀਏ ਨੂੰ ਕਿਹਾ ਠੀਕ ਆ ਡੋਰੀ ਦਾ ਜਲੂਸ ਬਹੁਤ ਲੱਗਦੀ ਆ ਆ ਵੀ ਟੁੱਟ ਗਈ ਹਾਂ ਠੀਕ ਆ ਇਹ ਇਹਦਾ ਵੀ ਇੱਕ ਪੱਲੂ ਜੀ ਰਹਿ ਗਿਆ ਬਾਕੀ ਸਾਰੇ ਇਹ ਤਾਂ ਮੇਰੀ ਚੰਗੀ ਜਵਾਨ ਆ ਇਹ ਟੁੱਟ ਗਈ ਮਾੜੀ ਜਵਾਨ ਆ ਤੇਰੀ ਮੋਟੀ ਚੱਜੀ ਲੱਗਣ ਲੱਗ ਗਈ ਇਹ ਆ ਮੂਰੇ ਹੋਰ ਕਿਉਂ ਲਾਇਆ ਆ ਬਾਈ ਲਿਆਂਦੀ ਆ ਕਿਉਂ ਲਾਇਆ ਹੋਰ ਲਿਆਂਦੀ ਆ ਹੋਰ ਆ ਕਿਉਂ ਲਾਇਆ ਬਾਜੜਾ ਹੈ ਬਾਜੜਾ ਸਟicker ਟੱਕਣ ਨਹੀਂ ਮਿਲਦਾ ਯਾਰ ਸਹੀ ਆ ਬਹੁਤ ਉਹ ਪਿੱਛੇ ਵਾਲਾ ਸਟicker ਵੀ ਤਾਂ ਹੀ ਲਾਇਆ ਗੱਲ ਘੁੰਮਣ ਆਹਾ ਆ ਜਰੂਰ ਇਹਦਾ ਬਸ ਵੀ ਸ਼ੌਂਕ ਗਿਆ ਤਾਂ ਜਰੂਰ ਕੱਢਿਆ ਹੈ ਕਰਾਵਾਂਗੇ ਵੇਲੀ ਜਾਂਦਾ ਤਾਂ ਛੱਡਿਆ ਕੀ ਆ ਤੇ ਓਏ ਪਾਏ ਪਾਏ ਓਏ ਹੋਏ ਹੋਏ ਆ ਦੇਖੀ ਓਏ ਇੱਕ ਵੇਲੀ ਜਾਂਦਾ ਰੜ ਗਿਆ ਲਾ ਕੋਲ ਕੀ ਹੋ ਗਿਆ
ਤੇਰੇ ਡੰਗਾ ਕੁਝ ਲੀਲੀਆਂ ਲੀਲੀਆਂ ਅੱਛਾ ਤੂੰ ਹੁਣ ਤਾਰੇ ਡਿਖਾਏਗਾ ਆਪਣਾ ਖੜਾ ਬੋਲਟ ਹੋਰ ਹੁਣ ਚਾਹ ਪਾਣੀ ਕੌਣ ਪਸੰਦ ਆਉਂਦਾ ਆ ਜਾ ਚੱਕ ਉਹ ਪਈਆ ਕੱਢੇਗਾ ਤੂੰ ਹੀ ਨਹੀਂ ਨਹੀਂ ਪਾਣਾ ਪੂਣਾ ਤੈਨੂੰ ਸਾਲਾ ਤੂੰ ਕੀਤਾ ਕਿਹਨੇ ਕੀਤਾ ਕਿਹਨੇ ਕੰਮ ਕਰਦੇ ਆ ਇੱਕ ਉਹ ਚਾਬੀ ਡਿੱਗ ਗਈ ਕੱਢਦੇ ਬੈੜਾ ਕੱਢੂਗਾ ਇਹ ਦੱਬਦਾ ਹੁਣ ਨਾਮ ਕੀ ਦੇ ਦੱਸ ਆ ਜਾ ਇੱਧਰ ਨੂੰ ਆ ਜਾ ਧੋਈਏ ਹੱਥ ਵੀ ਧੋਲੋ ਸਾਬਣ ਵੀ ਚੱਕਦੇ ਉੱਥੋਂ ਬਸ ਸੁਣ ਖਾਣਾ ਪੀਣਾ ਚਲੋ ਜੀ ਉਹਦਾ ਚੱਲਿਆ ਗਿਆ ਬੰਗਾ ਜਿਹਾ ਹੁਣ ਆਪਾਂ ਮੋਟਰ ਨਾਲ ਬੇਚਾਰਾ ਬਿਨਾਂ ਸਾਂਸ ਤੋਂ ਜ਼ਿੰਦਗੀ ਕੱਟਣੀ ਪੂਰਾ ਚੱਲਦੇ ਕੱਲ ਨੂੰ ਪਾ ਦਾਂਗੇ ਸ਼ਾਰਟ ਬੋਟਲ ਨੂੰ ਪਿਆ ਪਾ ਦਾਂਗੇ ਬਾਈ ਹੋਰ ਕੋਈ ਇੱਕੋ ਲੌਂਗ ਬੋਟਲ ਖੋਲ੍ਹੇ ਬਣਾ ਸੀ ਉਹਦਾ ਵੇਚਦਾ ਸੀਗਾ ਚਲੋ ਜੀ ਹੁਣ ਹੋ ਗਿਆ ਹਨੇਰਾ ਅਤੇ ਬਾਕੀ ਇਹ ਵਲੌਗ ਦਾ ਅੱਜ ਦਾ ਰੀਐਂਡ ਕਰਦੇ ਹਾਂ ਯਾਰ ਮੇਰਾ ਮੂੰਹ ਦਿਖਾਉਣ ਵਾਲਾ ਨਹੀਂ ਮੈਂ ਜੂੜਾ ਵਿੱਚ ਬੈਠਾ ਸੋ ਜੇ ਤੁਸੀਂ ਤੁਹਾਨੂੰ ਜੇ ਅੱਜ ਦਾ ਵਲੌਗ ਦੇ ਲਈ ਤਾਂ ਲਾਈਕ ਸ਼ੇਅਰ ਸਬਸਕ੍ਰਾਈਬਮੈਂਟ ਕਰ ਦਿਓ ਜੁੜ ਦਿੰਦੇ ਹਾਂ ਹੁਣ ਠੀਕ ਆ ਅਤੇ ਬਾਕੀ ਜੇ ਤੁਹਾਨੂੰ ਅੱਜ ਵਲੌਗ ਦੇ ਲਈ ਤਾਂ ਲਾਈਕ ਸ਼ੇਅਰ ਸਬਸਕ੍ਰਾਈਬਮੈਂਟ ਕਰ ਦਿਓ ਮੇਰੇ ਤੋਂ ਤੁਹਾਨੂੰ ਵਲੌਗ ਦੇ ਵਿੱਚ ਤੱਕ ਲਈ ਓਕੇ ਬਾਏ ਟਾਟਾ ਦੇਖੋ ਇਹ ਜੂੜਾ ਕਰ ਲੈਂਦਾ ਪਰ ਜਿਹੜੇ ਪਿੱਛੇ ਦੇ ਵਾਲ ਆ ਜਿਹੜੇ ਆਉਂਦੇ ਨਹੀਂ ਸੱਤ ਅੱਠ ਜੂੜੇ ਕਰਨੇ ਚਾਹੀਦੇ ਨੇ ਤਾਂ ਕਿ ਵਾਲ ਸਿਮਟ ਜਾਣਾ ਨਾ ਵਧੀਆ ਐਂ ਕਹਿੰਦਾ ਸੱਤ ਅੱਠ ਜੂੜੇ ਕਰ ਲਿਆ ਕਰ ਵਾਲ ਖਿੰਡਣਗੇ ਨਹੀਂ